ਮਾਂ ਪਾਪਾ ਜੇ ਡਿਸਾਈਡ ਕੀਤਾ ਹੈ ਕਿ ਤੁਸੀਂ ਮੈਨੂੰ ਆਪਣੀ ਸਾਰੀ ਪ੍ਰੋਬਲਮਸ ਦੱਸੋਗੇ ਤੇ ਆਪਾਂ ਨਾਲ ਬੈ ਕੇ ਸੋਲਵ ਕਰਾਂਗੇ। ਚਲੋ ਹੁਣ ਇੱਕ ਇੱਕ ਕਰਕੇ ਆਪਣੀ ਪ੍ਰੋਬਲਮਸ ਦੱਸੋ। ਸਾਇੰਸ ਕਹਿੰਦੀ ਹੈ ਇੱਕ ਦਿਨ ਦੇ ਵਿੱਚ ਇੱਕ ਬੰਦੇ ਦੀ 30,000 ਸ਼ਬਦ ਸੁਣਨ ਦੀ ਕਪੈਸਿਟੀ ਹੁੰਦੀ ਹੈ ਤੇ ਤੇਰੀ ਮਾਂ 3,00,000 ਸ਼ਬਦ ਸਵੇਰੇ 10:30 ਤੋਂ ਪਹਿਲਾਂ ਸੁਣਾਉਂਦੀ ਹੈ ਇਸ ਬੰਦੇ ਨੂੰ। ਪੁੱਛ ਆਪਣੇ ਪਿਓ ਤੋਂ ਕਦੀ ਹੱਸ ਕੇ ਮੇਰੇ ਨਾਲ ਗੱਲ ਕੀਤੀ ਹੈ? ਹੱਸਣਾ ਸਵਾ ਹੈ, ਜਿੰਨਾ ਖੌਫ ਹੈ ਨਾ ਇਹਦਾ। ਘਰੇ ਆਉਣ ਤੋਂ ਪਹਿਲਾਂ ਪਿਛਲੇ ਮੋੜ ਤੋਂ ਮੰਤਰ ਸ਼ੁਰੂ ਕਰ ਦਿੰਦਾ ਮੈਂ। ਆਹ ਤੂੰ ਜਲਾਲ ਤੂੰ ਆਈ ਬਲਾਕ ਉਠਾ। ਓ ਮੁੜ ਮੁੜ ਅੱਖਾਂ ਮੂਰੇ ਘੁੰਮਦੀ ਜਾ। ਸੁਣੋ ਭਾਜੀ, ਸਿਮਰਨ ਦੀਦੀ ਆ ਰਹੇ ਨੇ। ਜੇ ਮੈਨੂੰ ਭਾਜੀ ਕਹਿਣ ਦਾ ਇੰਨਾ ਹੀ ਸ਼ੌਕ ਹੈ ਨਾ, ਫਿਰ ਸਿਮਰਨ ਨੂੰ ਦੀਦੀ ਕਹਿਣ ਦੀ ਲੋੜ ਨਹੀਂ, ਤਾਂ ਹੋਰ ਹੀ ਰਿਸ਼ਤਿਆਂ ਦੀ ਮਿਕਸ ਵਿੱਚ ਬਣਾ ਕੇ ਧਰ ਦਿੰਦਾ। ਤੈਨੂੰ ਤਾਂ ਲੱਗਦਾ ਬੱਚਾ ਜੰਮ ਕੇ ਗਲਤੀ ਕਰ ਲਈ। ਮੈਂ ਕਿਹਾ ਸੀ ਇਹ ਗਲਤੀ ਕਰਨ ਨੂੰ? ਜੇ ਅਫੋਰਡ ਨਹੀਂ ਕਰ ਸਕਦਾ ਸੀ ਤੇ ਇਹਨੂੰ ਜੰਮਿਆ ਕਿਉਂ? ਮੈਂ ਕਿਹਾ ਸੀ ਇਹਨੂੰ ਜੰਮਣ ਨੂੰ? ਮੈਨੂੰ ਹੀ ਸ਼ੌਂਕ ਸੀ ਤੁਹਾਡੇ ਦੋਨਾਂ ਦੇ ਘਰ ਜੰਮਣ ਦਾ। ਹੋ ਜਾਂਦੀਆਂ ਨੇ ਕਈ ਵਾਰ ਗਲਤੀਆਂ ਸਜਣਾ ਤੋਂ। ਮੇਰੀ ਸ਼ਵਿੰਦਰ ਨਾਲ ਲੜਾਈ ਹੋ ਗਈ ਹੈ, ਮੈਂ ਘਰ ਛੱਡ ਕੇ ਆ ਗਈ ਹਾਂ। ਪਰ ਪਿਆਰ ਕਦੇ ਨੀਤੂ, ਮੈਂ ਤੇਰੇ ਅੱਗੇ ਹੱਥ ਬੰਨਦਾ, ਮੰਨਦਾ ਵੀ ਸਾਰੀਆਂ ਗਲਤੀਆਂ ਮੇਰੀਆਂ ਨੇ। ਪਲੀਜ਼ ਮੰਨਤ ਲਈ ਸਹੀ, ਸਾਨੂੰ ਚੈਨ ਨਾਲ ਜੀ ਲੈਣ ਦੇ। ਇੱਕ ਮੌਕਾ ਸਜਣਾ ਨੂੰ ਦੇ ਦੇਣਾ। ਪਾਪਾ ਤੁਸੀਂ ਮੈਨੂੰ ਭੁੱਲ ਤਾਂ ਨਹੀਂ ਜਾਓਗੇ? ਮੈਂ ਤੈਨੂੰ ਮਿਲਦਾ, ਕੋਈ ਨਾ ਕੋਈ ਹਿੱਲਾ ਲੱਭ ਹੀ ਲੈਣਾ। ਨਾਲ ਤੈਨੂੰ ਰਹਿਣਾ ਨਹੀਂ ਆਇਆ, ਬਿਨਾਂ ਤੂੰ ਰਹਿ ਨਹੀਂ ਸਕਦਾ, ਕੀ ਕਰੀਏ ਤੇਰਾ ਹੁਣ? ਮੈਂ ਡਰਾਈਵਰ ਬਣੂਗਾ। ਪਰ ਤੈਨੂੰ ਕਿਉਂ ਡਰਾਈਵਰ ਰੱਖਣਗੇ? ਤੂੰ ਤਾਂ ਉਹਨਾਂ ਦੀ ਚੰਗੀ ਭਲੀ ਹੱਸਦੀ ਖੇਡਦੀ ਕੁੜੀ ਗੈਰੇ ਚ ਲਾ ਤੀ। ਜੇ ਸ਼ਵਿੰਦਰ ਦੀ ਥਾਂ ਤੇ ਉਹਨਾਂ ਦੇ ਘਰੇ ਜਾਵੀ ਸਤਨਾਮ ਸਿੰਘ, ਫੇਰ ਉਹ ਸਾਰਾ ਜੱਗ ਕਹਾਉਂਦਾ ਨੌਕਰ ਵੋਟੀ ਦਾ, ਉਹ ਸਾਰਾ ਜੱਗ ਕਹਾਉਂਦਾ ਨੌਕਰ ਵੋਟੀ ਦਾ, ਵੋਟੀ ਦਾ ਨੌਕਰ ਵੋਟੀ ਦਾ। ਬੋਲੀ ਵੀਰੇ, ਮੇਰੀ ਖਾਤਰ ਨਾ ਮੇਰੇ ਸਹੁਰਿਆਂ ਦੇ ਘਰੇ ਥੋੜੇ ਦਿਨਾਂ ਲਈ ਕੁੱਕ ਲੱਗਣਾ ਪੈਣਾ। ਆਪ ਉੱਥੇ ਡਰਾਈਵਰ ਲੱਗਾ, ਮੈਨੂੰ ਕੁੱਕ ਲਵਾ ਦੇ। ਮੇਰੀ ਮਾਸੀ ਦਾ ਮੁੰਡਾ ਫ੍ਰੀ ਹੈ, ਉਹਨੂੰ ਸਿਕਿਉਰਿਟੀ ਗਾਰਡ ਲਵਾ ਦੇ। ਤੇਰਾ ਚਾਚਾ ਵੀ ਪਿੰਡ ਵਿਹਲਾ ਹੀ ਆ, ਉਹਨੂੰ ਮਾਲੀ ਲਵਾ ਉੱਥੇ। ਕਿਆ ਸਹੁਰਿਆਂ ਦੀ ਲੇਬਰ ਸੈੱਟ ਕਰ ਰਿਹਾ ਯਾਰ ਤੂੰ। ਸਾਰਾ ਜੱਗ ਕਹਾਉਂਦਾ ਨੌਕਰ ਵੋਟੀ ਦਾ, ਉਹ ਸਾਰਾ ਜੱਗ ਕਹਾਉਂਦਾ ਨੌਕਰ ਵੋਟੀ ਦਾ। ਜੋ ਘਰ ਵਾਲੀ ਦੀਆਂ ਤਲੀਆਂ ਝੱਸੇਗਾ ਉਹਦਾ ਹੀ ਘਰ ਬੱਸੇਗਾ।